ਅਰਮਾਨ ਮਲਿਕ ਦੇ ਰੀਸੈਂਟਲੀ ਮੈਨੂੰ ਇੱਕ ਵੀਡੀਓ ਦਿਖੀ ਤੇ ਜਿਹਨੂੰ ਦੇਖ ਕੇ ਮੇਰਾ ਦਿਮਾਗ ਫਟ ਗਿਆ ਹੈਲੋ एवरीवन ਵੈਲਕਮ ਬੈਕ ਟੂ ਪਾਲੀਵੁੱਡ ਪਾਠਸ਼ਾਲਾ ਤੇ ਮੈਂ ਫਿਰ ਹਾਜ਼ਰ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਅਰਮਾਨ ਮਲਿਕ ਬਾਰੇ ਅਰਮਾਨ ਮਲਿਕ ਕਾਫੀ ਚਰਚਾ ਤੇ ਸੁਰਖੀਆਂ 'ਚ ਰਹਿਣ ਵਾਲੀ ਹਸਤੀ ਇਹਨਾਂ ਦੀ ਸੁਰਖੀਆਂ ਦੇ ਵਿੱਚ ਰਹਿਣ ਦੀ ਵਜ੍ਹਾ ਹੈ ਇਹਨਾਂ ਦੇ ਕਰਾਏ ਹੋਏ ਦੋ ਵਿਆਹ ਅਸਲ ਦੇ ਵਿੱਚ ਇਹਨਾਂ ਦੀਆਂ ਇੱਕ ਨਹੀਂ ਸਗੋਂ ਦੋ-ਦੋ ਪਤਨੀਆਂ ਨੇ ਅਸਲ ਦੇ ਵਿੱਚ ਅਰਮਾਨ ਮਲਿਕ ਨੇ ਪਹਿਲਾਂ ਪਾਇਲ ਮਲਿਕ ਦੇ ਨਾਲ ਵਿਆਹ ਕਰਾਇਆ ਪਾਇਲ ਮਲਿਕ ਜਿਨ੍ਹਾਂ ਦੇ ਮਤਲਬ ਪਹਿਲਾਂ ਮਲਿਕ ਨਹੀਂ ਕੱਲੀ ਪਾਇਲ ਪਾਇਲ ਜਿਹਨਾਂ ਦੇ ਘਰ ਦੇ ਵਾਲੇ ਨਹੀਂ ਮੰਨ ਰਹੇ ਸੀ ਤਾਂ ਉਹਨਾਂ ਨੇ ਆਪਣਾ ਸਾਰਾ ਕੁਝ ਛੱਡ ਛੁੰਡ ਕੇ ਅਰਮਾਨ ਮਲਿਕ ਦੇ ਨਾਲ ਵਿਆਹ ਕਰਾਉਣਾ ਮਤਲਬ ਇਸ ਇੰਟਰਸੈਸ਼ਨ ਨੂੰ ਉਹਨਾਂ ਨੇ ਪ੍ਰੈਫਰ ਕੀਤਾ ਸੋ ਵਿਆਹ ਕਰਾ ਕੇ ਅੱਗੇ ਕ੍ਰਿਤਿਕਾ ਜੋ ਕਿ ਪਾਇਲ ਦੀ ਹੀ ਬੈਸਟ ਫਰੈਂਡ ਸੀ ਬਾਦ ਵਿੱਚ ਅਨਮਾਨ ਮਲਿਕ ਨੂੰ ਕ੍ਰਿਤਿਕਾ ਦੇ ਨਾਲ ਵੀ ਪਿਆਰ ਹੋ ਗਿਆ ਤੇ ਫਿਰ ਉਹਨਾਂ ਨੇ ਕ੍ਰਿਤਿਕਾ ਦੇ ਨਾਲ ਵੀ ਵਿਆਹ ਕਰਾ ਲਿਆ ਤੇ ਹੁਣ ਇਹ ਤਿੰਨੋਂ ਜਣੇ ਇਕੱਠੇ ਇੱਕੇ ਘਰ ਦੇ ਵਿੱਚ ਰਹਿੰਦੇ ਨੇ ਪਰ ਤੁਹਾਡਾ ਇੱਕ ਸਵਾਲ ਤਾਂ ਹੋਊਗਾ ਕਿ ਜੇਕਰ ਇਸ ਬੰਦੇ ਨੇ ਦੋ ਵਿਆਹ ਕਰਾਏ ਨੇ ਤਾਂ ਮਤਲਬ ਇਹ ਲੀਗਲੀ ਗਲਤ ਕਿਉਂ ਨਹੀਂ ਬਈ بڑا ਦਿਮਾਗ ਪਾਇਆ ਇਸ ਇਨਸਾਨ ਨੇ ਕਾਸ਼ ਮੈਂ ਇੰਨਾ ਦਿਮਾਗ ਪੇਪਰਾਂ 'ਚ ਲਾਤਾ ਹੁੰਦਾ ਜਿੰਨਾ ਇਹਨੇ ਦੋ-ਦੋ ਵਿਆਹ ਟਿਕਾਉਣ ਨੂੰ ਲਾਇਆ ਪਿਆ ਇਹਨੇ ਇੱਕ ਵਾਈਫ ਦੇ ਨਾਲ ਮਤਲਬ ਕੋਰਟ ਵਾਲੀ ਮੈਰਿਜ ਕਰਵਾਈ ਹੈ ਇੱਕ ਵਾਈਫ ਦੇ ਨਾਲ ਲਾਵਾ ਫੇਰੇ ਵਾਲੀ ਮੈਰਿਜ ਕਰਵਾਈ ਹੈ ਮਤਲਬ ਉਸ ਨੂੰ ਕੋਰਟ ਦੇ ਵਿੱਚ ਰਜਿਸਟਰ ਨਹੀਂ ਕਰਾਇਆ ਇਹ ਵਾਲੀ ਵੈਸ ਦੇ ਨਾਲ ਲਾਵਾ ਫੇਰੇ ਨਹੀਂ ਲੈ ਕੁਝ ਇਦਾਂ ਦਾ ਹੀ ਸੀ ਨਾ ਬਟ ਪ੍ਰੋਬਲਮ ਵਾਲੀ ਗੱਲ ਪਤਾ ਕੀ ਹੈ ਕਿ ਮੈਂ ਰੀਸੈਂਟਲੀ ਇਹਨਾਂ ਦੀ ਇੱਕ ਵੀਡੀਓ ਦੇਖੀ ਠੀਕ ਹੈ ਤੁਸੀਂ ਵੀਡੀਓ ਦੇ ਕਮੈਂਟਸ ਤੇ ਵੀਰ ਜਾਓ ਮਤਲਬ ਮੈਂ ਵੀਡੀਓ ਦਾ ਲਿੰਕ ਵੀ ਤੁਹਾਨੂੰ ਦੇ ਦਾਂਗੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਠੀਕ ਤੁਸੀਂ ਇਸ ਵੀਡੀਓ ਤੇ ਕਮੈਂਟਸ ਚਾਹਉ ਤਾਂ ਲੋਕਾਂ ਦਾ ਵੀ ਆਹੀ ਕਹਿਣਾ ਹੈ ਵੀ ਤੀਜੀ ਵਤਨੀ ਆ ਰਹੀ ਹੈ। ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ, ਜ਼ਰੂਰ ਦੱਸਿਓ, ਜ਼ਰੂਰ ਦੱਸਿਓ ਐਂਡ ਹਾਂ ਜੇ ਵੀਡੀਓ ਚੰਗੀ ਲੱਗੇ ਤਾਂ ਬਟਨ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ نیچے ਆਪਣੇ ਵਿਚਾਰਾਂ ਨੂੰ ਕਮੈਂਟ ਕਰਨ ਨੂੰ ਨਾ ਭੁੱਲਿਓ ਯਾਰ। ਤੇ ਜਿਹੜੇ ਵੀ ਲੋਕ ਦੋ ਵਿਆਹ ਕਰਾਉਂਦੇ ਇੱਛਕ ਨੇ ਉਹਨਾਂ ਨੂੰ ਸ਼ੇਅਰ ਵੀ ਕਰ ਦਿਓ ਠੀਕ ਹੈ ਤਾਂ ਕਿ ਉਹਨਾਂ ਨੂੰ ਆਈਡੀਆ ਮਿਲ ਜਵੇ। ਬਾਏ ਬਾਏ।